ਜਿਦਾਨੀ ਐਗਰੀਕਲਚਰ 'ਚ ਖੁਸ਼ਾਮਦੀਦ ਮੀਆਂ ਚਨੂੰ ਗੱਲਾਂ ਮੰਡੀ ਦੇ ਅੰਦਰ ਮੌਜੂਦ ਆ ਅਤੇ ਮਾਸ਼ਾਅੱਲਾ ਰਸ਼ ਚੈੱਕ ਕਰੋ ਜ਼ਰਾ, ਚੰਗੀਆਂ ਰੌਣਕਾਂ ਸਵੇਰੇ ਸਵੇਰੇ ਲੱਗ ਗਈਆਂ ਅੱਜ ਅਤੇ ਇੱਧਰ ਚੈੱਕ ਕਰੋ ਇੱਧਰ ਵੇਖੋ ਜੀ ਮਾਸ਼ਾਅੱਲਾ ਰਾਹ ਬੰਦ ਹੋਏ ਪਏ, ਇੰਨਾ ਰਸ਼ ਲੱਗਾ ਹੋਇਆ ਵਾ ਅਤੇ ਤਿਲਾਂ ਦੀ ਤਾਜ਼ਾ ਤਰੀਨ ਸੂਰਤ ਹਾਲ ਤੁਹਾਨੂੰ ਚੈੱਕ ਕਰਾਉਂਦੇ ਹਾਂ। ਚੰਗੇ ਸਾਫ਼ ਸੁਥਰੇ ਤਿਲ ਵੀ ਅੱਜ ਮੰਡੀ ਦੇ ਵਿੱਚ ਆਏ ਆ, ਗੰਦਮ ਵੀ ਆਈ ਆ, ਬੋਲੀ ਹੋ ਕੇ ਹਟੀ ਆ ਅਤੇ ਤੋਲ ਲੱਗਾ ਹੋਇਆ ਵਾ, ਠੀਕ ਹੋ ਗਿਆ। ਤਿਲਾਂ ਦੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਹਾਂ, ਤਿਲ ਜਿਹੜੇ ਅੱਜ ਚੰਗੇ ਤਿਲ ਜਿਹੜੇ ਨੇ ਉਹ 12,800-13,000 ਰੁਪਏ ਤੱਕ ਵੀ ਵਿਕੇ ਆ ਜਿਹੜੇ ਚੰਗੇ ਤਿਲ ਆ, ਠੀਕ ਹੋ ਗਿਆ ਜੀ। ਇਹ ਮੰਡੀ ਦੀ ਤਾਜ਼ਾ ਤਰੀਨ ਸੂਰਤ ਹਾਲ ਆ, ਬਾਕੀ ਜਿਹੜੇ ਹਲਕੇ ਆ ਤਕਰੀਬਨ 10,000 ਤੋਂ ਸ਼ੁਰੂ ਹੋ ਕੇ ਤਕਰੀਬਨ 11,500-12,000 ਜਿੱਦਾਂ ਦੀ ਕੁਆਲਿਟੀ ਆ ਉੱਦਾਂ ਦੀ ਜਿਹੜਾ ਇਹਦਾ ਰੇਟ ਲੱਗਦਾ ਪਿਆ ਵਾ, ਠੀਕ ਹੋ ਗਿਆ ਜੀ। ਬਾਕੀ ਕਪਾਹ ਨੇ ਚੰਗੀਆਂ ਰੌਣਕਾਂ ਅੱਜ ਲੱਗੀਆਂ ਹੋਈਆਂ, ਕਪਾਹ ਦਾ ਰੇਟ ਜਿਹੜਾ ਵਾ ਉਹ ਤਕਰੀਬਨ 76-77,000 ਗੰਦਮ ਪਈ ਹੋਈ ਆ, ਗੰਦਮ ਜਿਹੜੀ ਆ 2,500-2,500 ਰੁਪਏ ਵਿਕਦੀ ਪਈ ਆ ਅਤੇ ਕਪਾਹ ਥੋੜ੍ਹੀ ਜਿਹੀ ਡਾਊਨ ਹੋਈ ਆ। ਬਾਕੀ ਤੁਹਾਡਾ ਇਲਾਕਾ ਕਿਹੜਾ ਵਾ, ਤੁਹਾਡੇ ਇਲਾਕੇ ਦੇ ਵਿੱਚ ਕੀ ਰੇਟ ਆ ਸਾਨੂੰ ਕਮੈਂਟਸ ਬੋਕਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਨਵੀਂ ਅਪਡੇਟ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।